ਜਿਹਨੇ ਆਪਣੇ ਹੁਣ ਇਹ ਸਾਰਾ ਇੱਥੇ ਆਖੜੇ ਇਹ ਫਲ ਸੇ ਆ ਗਿਆ, ਫਲ ਸੇ ਸਹੀ ਨੇ ਸ਼ਰਬਤ ਪੀਤੇ ਸੇ, ਤਾਂ ਉਹ ਬਲਾ ਇੱਥੋਂ ਇੱਕ ਹੀ ਹਨ ਵੱਲੋਂ ਖਤਮ ਸੀ ਗਿਆ ਹੁਣ ਇੱਥੇ, ਤਾਂ ਇਹ ਕਹਿੰਦੇ ਉਹ ਖਟਾਸ ਪੀਵਣ ਨਾਲ ਤਾਂ ਉਹ ਬਲਾ ਇਹ ਸਾਰਾ ਕੁਝ ਕਹਿੰਦਾ ਰਹਿੰਦੇ। ਤਾਂ ਉਹ ਇਹ ਹੈ ਕਿ ਭਾਈ ਅੱਲਾ ਸਹੀ ਇੱਕ ਰਹਿੰਦੇ ਸੋਣਾ ਕਿ ਜਿਹੜੇ ਆਖੇਂਦੇ ਨੇ ਇਹ ਡਾਕਟਰ ਲੋਕ ਦੱਸੇ ਨੇ, ਸਾਇੰਸਦਾਨ ਦੱਸੇ ਨੇ ਕਿ ਰੱਗਾਂ ਜਿਹੜੀਆਂ ਨੇ ਨਾ ਉਹ ਦੁਬਾਰਾ ਹਰ 10 ਸਾਲ ਬਾਅਦ ਦੁਬਾਰਾ ਨਵੀਆਂ ਰੱਗਾਂ ਪੈਦਾ ਥੀਂਦੇ, ਯਾਨੀ ਦਿਲ ਦੀਆਂ ਜਿਹੜੀਆਂ ਮੇਨ ਰੱਗਾਂ ਨੇ ਉਹ ਵੀ ਨਵੀਆਂ ਇੱਕ ਮਖਸੂਸ ਅਰਸਾ 10 ਸਾਲ ਦਾ ਜਾਂ 12 ਸਾਲ ਦਾ ਉਹਦੇ ਬਾਅਦ ਨਵੀਆਂ ਆ ਗਈਆਂ। ਤਾਂ ਉਹ ਸ਼ੁੱਧੀ ਇੱਕ ਮਈ ਹੈ ਸਹੀ, ਤੁਸਾਂ ਉਹਦਾ ਇੰਟਰਵਿਊ ਦੇਖ ਸਕਦੇ ਹੋ, ਕੇਸ਼ੋ ਮੁਲਤਾਨੀ ਚੰਗਾ ਕੰਮ ਕਰਦਾ ਪਿਆ, ਤਾਂ ਉਹ ਮਈ ਹੈ ਲਈਏ ਦੀ, ਤਾਂ ਉਹ ਸ਼ੁੱਧੀ 100 ਸਾਲ ਕੁ ਪੁੱਜਣ ਵਾਲੀ ਉਹ ਲਈਏ ਕਨੋਗੀ, ਤਾਂ ਉਹਦਾ ਉਹਨੇ ਕੇਸ਼ੋ ਮੁਲਤਾਨੀ ਨੇ ਇੰਟਰਵਿਊ ਕੀਤਾ ਪੂਰਾ, ਤਾਂ ਉਹ ਮਈ ਨੇ ਇੰਟਰਵਿਊ ਤਾਂ ਠਿੱਕ ਕਰੇ ਲੋਕ ਕਹਿੰਦੇ ਉਹ ਕੇਸ਼ੋ ਕਰਿੰਦਾ ਬੈਠੇ, ਬੇ ਵੀ ਢੇਰ ਸਾਰੇ ਲੋਕ ਕਰਿੰਦੇ ਬੈਠੇ, ਲੇਕਿਨ ਕੋਈ ਕੋਈ ਲੋਕ ਜਿਹੜੇ ਹੁੰਦੇ ਨਾ ਅੱਗੋਂ ਇੰਟਰਵਿਊ ਦੇਵਣ ਵਾਲੇ, ਉਹਨਾਂ ਦਾ ਜਿਹੜਾ ਮੈਂਟਲ ਲੈਵਲ ਜਿਹੜਾ ਹੁੰਦੇ, ਉਹਨਾਂ ਦੀ ਮਤਲਬ ਸਿਆਣਪ ਜਿਹੜਾ ਹੁੰਦੇ ਉਹ ਬੜਾ ਇਤਨੇ ਲੈਵਲ ਦਾ ਹੁੰਦੇ ਕਿ ਉਹ ਵੱਲ ਉਹ ਖੁਦ ਬਖੁਦ ਇਨਸਾਨ ਉਹਨਾਂ ਦੀ ਤਰਫ ਮਤਵਜਾ ਥੀ ਦਿੰਦੇ ਕਿ ਬਈ ਹਿੰਦੀ ਗਾਲ ਦੇ ਵਿੱਚ ਵਜ਼ਨ ਹੈ, ਹਿੰਦੀ ਗਾਲ ਕਰਨ ਦੇ ਵਿੱਚ ਔਰ ਹਿੰਦੀ ਗਾਲ ਬਰੀਕੀ ਨਾਲ ਬਿਆਨ ਕਰਨ ਦੇ ਵਿੱਚ ਇਹ ਬੰਦੇ ਕੋਲ ਮਲਕਾ ਹਾਸਿਲ ਹੈ, ਤਾਂ ਹਿੰਦੀ ਗਾਲ ਸੁਣੀ ਜਾਏ। ਤਾਂ ਉਹ ਮਈ ਸੈਣ ਜਿਹੜੀ ਹੈ ਹਿੰਦੂ ਔਰਤ ਹੈ ਲਈਏ ਦੀ, ਤਾਂ ਉਹਨੇ ਆਪਣਾ ਦੱਸਿਆ ਕਿ ਬਈ ਅਸਾਂ ਇਵੇਂ ਰਹਿੰਦੇ ਆਸੇ, ਤਾਂ ਉਹਦਾ ਡੇਰ ਜਿਹੜਾ ਹਾ ਉਹ ਅੱਜ ਆਇਆ ਅਤੇ ਆ ਤੇ ਤਾਰਨੇ ਦਾ ਇਲਾਕਾ ਉੱਥੇ ਲਈਏ ਚ ਤਾਰਨੇ ਦਾ ਇਲਾਕਾ, ਇਹਦੇ ਵੱਲ ਉਹ ਸ਼ੇਖ ਬਣ ਤੇ ਕੋਈ ਬੰਦਾ ਸ਼ੇਖ ਉਡਨ ਨਾਂ ਦੱਸਿਆ ਸਹੀ ਬਈ ਹੁੰਦਾ ਇਹ ਨਾਂ ਹਾ, ਅਤੇ ਉਹ ਵੱਲ ਉੱਥਾਂ ਆਪਣੇ ਗਾਓ ਵਿੱਚ ਵਾਪਸ ਆ ਗਿਆ, ਕੈਂਪ ਨੂੰ ਭਜਿਆ, ਅਤੇ ਉਹ ਮਈ ਦੱਸਦੀ ਕਿ ਬਈ ਇਹ ਬੜੀ ਇੱਕ ਦਿਲ ਕੋ ਲੱਗਣ ਵਾਲੀਆਂ ਗਾਲੀਆਂ ਕਿ ਬਈ ਇੱਕ ਬੰਦਾ ਨੇ ਇਹ ਕੁਝ ਕੀਤਾ, ਇਹ ਕੁਝ ਆਖਿਆ ਕਿ ਉਹ ਆਖੇ ਜੋ ਬਈ ਉਹ ਜਿਹੜੇ ਮੰਝ ਡੋਂਦਾ ਨਾ, ਤਾਂ ਉਹ ਸਾਡੀ ਮੰਝ ਐਸੀ ਹੈ ਜੋ ਅਸਾਂ ਕਈ ਕਈ ਬਰਤਨ ਭਰੀ ਜਾਂਦੇ ਹਨ ਸਾਡੇ ਬਲਾ, ਉਹ ਮੇਰੇ ਕੋਲ ਕਹਿੰਦਾ ਜੇ ਤੂੰ ਹਿੰਦੁਸਤਾਨ ਲਈ ਵਧੀ, ਇਹ ਜਿਵੇਂ ਮਿਲਸਿਆ ਕੋ ਕੁਥੇ ਤੂੰ ਹਿੰਦੁਸਤਾਨ ਲਈ ਵਧੀ ਵੱਲ, ਉਹ ਕੈਂਪ ਤੱਕ ਵੀ ਚਲੇ ਗਏ ਕਿਉਂਕਿ ਲੋਕਾਂ ਨੇ ਹਾਲਾਤ ਐਸੇ ਬਣਾ ਦਿੱਤੇ ਜਾਂ ਸਰਕਾਰੀ ਵਿੱਚ ਇਨਵਾਲਵ ਥੀਣ ਪੈ ਗਈ ਕਿ ਬਈ ਤੁਸਾਂ ਕੋ ਖਤਰਾ ਅਤੇ ਤੁਸਾਂ ਆਪਣੇ ਜਿਹੜਾ ਇੱਥੋਂ ਚਲੇ ਵਜੋ, ਬਿਹਤਰ ਹੀ ਹੋਏ ਕਿ ਤੁਸਾਂ ਕੋਈ ਨੁਕਸਾਨ ਪੁੱਜੇ ਜਾਂ ਜਾਨ ਕਰੋਂ ਵਜੋ, ਤਾਂ ਤੁਸਾਂ ਕੋ ਸਰਕਾਰ ਜਿਹੜੀ ਹੈ ਵੱਲ ਆਪਣੀ ਹਿਫਾਜ਼ਤ ਅਤੇ ਸੁਣਿਆ ਕੋ ਕੈਂਪੇ ਤੱਕ ਜਾਂਦੀ, ਤਾਂ ਉਹ ਵੱਲ ਉੱਥੋਂ ਭੱਜ ਆਇਆ ਕੈਂਪ ਵੱਲ, ਉਹਨੇ ਦੱਸਿਆ ਕਿ ਵੀ ਉਹਨੇ ਵੱਲ ਉੱਥੇ ਹੀ ਆਪਣੀ ਹੁਣ ਬਸਤੀ ਤਾਰਨੇ ਵੱਲ ਉੱਥੇ ਹੀ ਸ਼ਾਦੀ ਕੀਤਾ, ਉਸ ਵੱਲ ਆਉਂਦੇ ਢੇਰ ਸਾਰੇ ਬਾਲ ਹੈ, ਮਤਲਬ ਵੀ ਸ਼ਾਦੀ ਕੀਤਾ ਉਸ ਵੱਲ ਆਉਂਦੇ ਢੇਰ ਸਾਰੇ ਬਾਲ ਹੈ, ਤਾਂ ਉਹਨਾਂ ਦੀ ਆਪਸ ਵਿੱਚ ਉਹ ਗਾਲ ਪੀਂਦੀ ਹੁਣ ਆਤੇ ਉਹਨਾਂ ਦੀ ਆਪਸ ਵਿੱਚ ਗੱਲਬਾਤ ਪੀਂਦੀ ਫੋਨ 'ਤੇ। ਤਾਂ ਉਹ ਮਈ ਸਾਹਿਬਾ ਦਾ ਜ਼ਿਕਰ ਮੈਂ ਇਹ ਪਿਆ ਕਰਨਾ ਕਿ ਜਿਹੜੀ ਸੁਣੀ ਹੋਈ ਗਾਲ ਹੈ ਅਸੀਂ ਸੁਣੀ ਹਾਸੇ ਬਚਪਨ ਵਿੱਚ ਕਿ ਜਿਵੇਂ ਆਦਮੀ 100 ਸਾਲ ਦਾ ਥੰਦੇ, ਤਾਂ ਉਹਦੇ ਵਾਲ ਵਲਾ ਕਾਲੇ ਥੀਉਣ ਪੈ ਗਏ ਅਤੇ ਉਹਦੇ ਦੰਦ ਵਲਾ ਜਾਵਣ ਪੈ ਗਏ, ਇਹ ਇਹ ਕੁਛ ਸੀ। ਯਾਨੀ ਹੁਣ ਅਸਾਂ ਅੱਲਾਹ ਤਾਲਾ ਨੇ ਇੱਕ ਬਿਹਤਰੀਨ ਸ਼ਕਲ ਦਿੱਤੀ ਹੈ ਜਿਸਮ ਇਨਸਾਨ ਕੋਲ, ਕਿ ਜਿਵੇਂ ਤੁਹਾਨੂੰ ਮੈਂ ਥੋੜ੍ਹੀ ਦੇਰ ਪਹਿਲੇ ਦੱਸਿਆ ਕਿ ਬਈ ਇਹ ਰੱਗਾਂ ਨਵੀਆਂ ਪੈਦਾ ਹਰ 10 ਸਾਲ ਬਾਅਦ
नवे रगां पैदा थी पुराने थी गया अगलिया वाल ब्याह पैदा थी गया जिगर नाल कनेक्टेड है ना एरिया जिगर जिवेले रगां चालू थी नविया मतलब खटास पै गई उन्हें रस्ते खोलिए मवाद निकलते थोड़ा जा जेड़ा उन्हें बंद की खड़ा होना होल्डिंग उन्हें बाद चालू थी पुरानी खड़ी रहे या खारिज थी वजे वो अल्लाह के निजाम नवे रगां लेकिन नवे रगां हूं वे ऐसा सीजन जिले हो सो यानी अपने आप नशर ना करो जो शराब नोशी ज्यादा लोग करेंगे नशे करेंगे ऐसे ऐसे हरकत करेंगे जिंद जिसम को नुकसान पुजते अगर थोड़े जिसम तंदुरुस्त हो से या तुस कायम रह वेसो तो भला रगां अल्लाह से ब्याह दे दे हत्ता के भला जीवले तुस सौ साल के जीवन आए थी वो भला थोड़े वाल काले थी दोबारा थोड़े डंद जावन पे कुदरत दे ने लेकिन वो मई सहन की मैं ये वजह समझूं कि ओ ने आख्या कि हुण तू मेरे नाल गल कीती वनी ते हुण मैं सारी रात निंद पुणा उन्हें पूछा ना इंटरव्यू उन्हें पिछली जिंदगी पाकिस्तान दी कि मैं सफर कितो हुए कि मैं आए हुए कि मेरी हुए ओ बिचारी वाल कुछ अरसे बाद वाल लग प्यारी थी गी ता सौ साल को सुझाना ली है लेकिन बहरहाल ये जड़े जज्बाती सदमे होंदन ये इंसान को बहुत नुकसान देने इंसान बर्दाश्त नहीं कर सकते वो फिल्म आई है महल फिल्म अशोक कुमार दी मधुबाला ओ बड़ी आएगा 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 आने वाला लता गाना आया बड़ा मशहूर जो रिपीट किया बार बार फिल्म वो बड़ी शानदार वो स्टोरी है मेरे ख्याल है भी कमाल अमरोही साहब दी है कहानी लिखी हुई उन्दे विच एक डायलॉग होंदे कि भाई एक इंसान इतना बर्दाश्त नहीं कर सकता यानी उनको फिल्म में जितने वो दिखे दुख मिलते कि उन्दे विच वाले एक मतलब बर्दाश्त की हद होंगी हूँ ये गाल में करेंदे हुए वाले मेरे को याद आ गई काजोल काजोल है वो रिता तनोजा की धी वाला तनोजा की माई कम करें दी है फिल्में वेच ते फिल्मी खानदान है सारा इन्हें ता वो खुदकशी कर गई बेचारी हालांकि अगर असा ये गाल करूँ कि भाई वो आजाद लोग हैं या फिल्मी लोग विच ये चीज़ा नहीं होंदिया लेकिन वो उनका क्योंकि जज्बात इन्वॉल्व हन हूँ गाल ओ हर देखते असें दुर्गा पूजा करवाई खड़ी होंगी बड़ी खुश नजर आती है बड़ी बड़ी लाइवली नजर आती है लेकिन उनके अंदर क्या चलता पिया है और उनकी बर्दाश्त कितने तक है केवल उन्हें बेचारी ने खुदकशी कर गई जवान है बिल्कुल इवें जैकी शेरफ पुत्र जड़ा है टाइगर श्रॉफ जड़ा है वो बिल्कुल बच्चा है बड़ा खूबसूरत प्यारा अच्छा टैलेंटेड हा वो मेरे को नहीं पता वाल मजीद होना नहीं पता किता कि भाई वो क्या ना होंगी डेथ थी गई वो भी बेचारा ही महीने के अंदर अंदर ये वाकया थी गया ये चीज़ा हैं कि भाई इंसान अल्लाह दे जिले वो बिल्कुल यानी तुस हज ते ही वेंदे हो इतने जो भी होवो कि अपने पाक परवरदिगार दे अड़न दी हैसियत दे हो तुस सौ चूहे ना खादे होए होवन ते वला तुस सौ चूहे खाते बिल्ली हज को चली कहीं इंसान दा कुछ तुसा देवना गिनना है तो अल्लाह